ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਵਾਲਾ, ਦੱਬੇ ਕੁਚਲਿਆਂ ਨੂੰ ਇਨਸਾਫ਼ ਦਵਾਉਣ ਵਾਲਾ, ਨਾ ਕੋਈ ਜਾਤ ਨਾ ਕੋਈ ਪਾਤ, ਇਨਸਾਨੀਅਤ ਨੂੰ ਪਹਿਲ ਦੇਣ ਵਾਲਾ, ਨਿਰਧੜਕ ਬੇਦਾਗ ਚਿੱਟੀ ਚਾਦਰ ਚੜ੍ਹਦੇ ਸੂਰਜ ਵਾਂਗ ਚਮਕਣ ਵਾਲੇ, ਅੱਜ ਸਾਡੇ ਵਿੱਚ ਕਾਲੀ ਰਾਤ ਵਾਂਗ ਸਦਾ ਲਈ ਹਨੇਰੇ ਕਰ ਗਏ ਸਰਦਾਰ ਜਸਪਾਲ ਸਿੰਘ ਹੈਰਾ ਜੀ, ਮੁੱਖ ਸੰਪਾਦਕ ਰੋਜ਼ਾਨਾ ਪਹਿਰੇਦਾਰ ਅਖਬਾਰ। ਜਦੋਂ ਸਰਦਾਰ ਜਸਪਾਲ ਸਿੰਘ ਹੈਰਾ ਨੇ ਆਪਣੇ ਆਖਰੀ ਸਾਹ ਲਏ ਤਾਂ ਪੰਜਾਬ ਨਹੀਂ ਪੂਰੇ ਵਰਲਡ ਵਿੱਚ ਸੋਗ ਦੀ ਲਹਿਰ ਛਾ ਗਈ। ਦੇਸ਼ ਵਿਦੇਸ਼ਾਂ ਤੇ ਪੰਜਾਬ ਦੇ ਕੋਨੇ ਕੋਨੇ ਵਿੱਚ ਬੈਠੇ ਰੋਜ਼ਾਨਾ ਪਹਿਰੇਦਾਰ ਅਖਬਾਰ ਦੀ ਇੰਜ ਉਡੀਕ ਕਰਦੇ ਸਨ ਜਿਸ ਤਰ੍ਹਾਂ ਕਿਸੇ ਮਹਿਮਾਨ ਨੇ ਦਰਵਾਜ਼ੇ ਉੱਤੇ ਦਸਤਕ ਦੇਣੀ ਹੋਵੇ। ਇਸ ਅਖਬਾਰ ਵਿੱਚ ਹਰ ਰੋਜ਼ ਸਰਦਾਰ ਜਸਪਾਲ ਸਿੰਘ ਹੈਰਾ ਜੀ ਦੀ ਕਲਮ ਦੇ ਵਿੱਚੋਂ ਲਿਖੇ ਗਏ ਅੱਖਰ ਦੱਬੇ ਕੁਚਲਿਆਂ ਤੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਤੇ ਸੰਪਾਦਕੀ ਪੜ੍ਹਨ ਲਈ ਲੋਕ ਪਾਗਲ ਹੁੰਦੇ ਸਨ। ਆਪਣੀ ਸੰਪਾਦਕੀ ਵਿੱਚ ਚੜ੍ਹਦੇ ਸੂਰਜ ਵਾਂਗ ਕੋਈ ਨਾ ਕੋਈ ਸੁਨੇਹਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਹਰ ਰੋਜ਼ ਭੇਜਦੇ। ਕਈ ਕਵੀਸਰਾਂ, ਪ੍ਰਸਿੱਧ ਲੇਖਕਾਂ ਤੇ ਬੁੱਧੀਜੀਵਾਂ ਵੱਲੋਂ ਸਰਦਾਰ ਜਸਪਾਲ ਸਿੰਘ ਹੈਰਾ ਜੀ ਨੂੰ ਜ਼ਿੰਦਾ ਸ਼ਹੀਦ ਕਰਾਰ ਵੀ ਦਿੱਤਾ ਗਿਆ ਸੀ। ਜੋ ਸ਼ਹੀਦ ਸ਼ਬਦ ਹੈ ਉਹ ਸਾਰਾ ਕੁਝ ਗਵਾਉਣ ਤੋਂ ਬਾਅਦ, ਕੌਮ ਦੇ ਲੇਖੇ ਲਾਉਣ ਤੋਂ ਬਾਅਦ ਸ਼ਹੀਦੀਆਂ ਪਾਉਣੀਆਂ ਪੈਂਦੀਆਂ ਨੇ। ਪਰ ਜਸਪਾਲ ਸਿੰਘ ਹੈਰਾ ਨੇ ਆਪਣੇ ਜੀਵਨ ਦੌਰਾਨ ਮੋਹ ਮਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੱਡ ਕੇ ਸਾਰਾ ਜੀਵਨ ਸਿੱਖ ਕੌਮ ਦੇ ਲੇਖੇ ਲਗਾ ਦਿੱਤਾ। ਨਾ ਡਰਦੇ ਹੋਏ ਡੇਰਾਬਾਦ ਤੇ ਰਾਜਨੀਤਿਕ ਆਗੂਆਂ ਦਾ, ਨਾ ਡਰ ਮੰਨਦੇ ਹੋਏ ਆਪਣੀ ਕਲਮ ਨੂੰ ਲਿਖਣ ਵਿੱਚ ਨਿਰਖੜ ਹੋ ਕੇ ਸਿੱਖ ਕੌਮ ਦੀ ਸੇਵਾ ਕਰਦੇ ਰਹੇ। ਇਸ ਲਈ ਇਹਨਾਂ ਨੂੰ ਜ਼ਿੰਦਾ ਸ਼ਹੀਦ ਕਰਾਰ ਦੇ ਦਿੱਤਾ ਸੀ। ਕੁਝ ਬੁੱਧੀਜੀਵਾਂ ਤੇ ਲੇਖਕਾਰਾਂ ਵੱਲੋਂ ਸਰਦਾਰ ਜਸਪਾਲ ਸਿੰਘ ਹੈਰਾ ਨੂੰ ਅੱਜ ਹਜ਼ਾਰਾਂ ਲੱਖਾਂ ਦੀ ਗਿਣਤੀ ਉਹਨਾਂ ਦੇ ਗ੍ਰਹਿ ਵਿਖੇ ਕਈ ਜਥੇਬੰਦੀਆਂ ਤੇ ਸਮਾਜਿਕ ਆਗੂ ਤੇ ਭਾਈਚਾਰੇ ਵੱਲੋਂ ਆਪਣੀ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੰਦੇ ਹੋਏ ਸਰਦਾਰ ਜਸਪਾਲ ਸਿੰਘ ਹੈਰਾ ਨੂੰ ਯਾਦ ਕਰਦੇ ਹੋਏ ਨਾਰਾ ਲਗਾ ਕੇ ਕਿਹਾ, ਜਸਪਾਲ ਸਿੰਘ ਹੈਰਾ ਅਮਰ ਰਹੇ, ਜਸਪਾਲ ਸਿੰਘ ਹੈਰਾ ਅਮਰ ਰਹੇ, ਜਸਪਾਲ ਸਿੰਘ ਹੈਰਾ ਅਮਰ ਰਹੇ।